ਸਾਧੂਆਂ ਦੀ ਮਹਿਮਾ ਸਤਿਗੁਰੂ ਕਹਿੰਦੇ ਵੇਦ ਵੀ ਨਹੀਂ ਜਾਣ ਸਕਦੇ। ਆਪਣੇ ਆਪ ਨੂੰ ਸੂਲਾਂ ਦੇ ਉੱਤੇ ਟੰਗ ਕੇ ਆਪਣੀ ਜ਼ਿੰਦਗੀ ਨੂੰ ਦੂਸਰਿਆਂ ਦੇ ਲਈ, ਆਪਣੇ ਸਵਾਸਾਂ ਨੂੰ, ਆਪਣੀ ਬੰਦਗੀ ਨੂੰ ਦੂਸਰਿਆਂ ਦੇ ਲਈ, ਆਪਣਾ ਕੀਤਾ ਹੋਇਆ ਤਪ, ਜਦੋਂ ਆਪਾਂ ਕਿਸੇ ਨੂੰ ਨਾਮ ਸ਼ਾਮ ਦਿੰਦੇ ਹਾਂ ਤੇ ਆਪਣੀ ਕਮਾਈ ਦੇ ਮੇਰੇ ਵੀਰ ਬੱਗੇ ਪਿੰਡ ਤੋਂ ਸਰਜੀਤ ਸਾਜਲ ਜੀ, ਇਹਨਾਂ ਨੇ ਸੰਤਾਂ ਮਹਾਂਪੁਰਖਾਂ ਤੋਂ ਨਾਮ ਸ਼ਬਦ ਲੈ ਕੇ ਦੱਸਿਆ ਨਾ। ਦੇਖੋ ਸਤਿਗੁਰੂ ਗਿਆਨਨਾਥ ਮਹਾਰਾਜ ਦੇ ਦਰਬਾਰ ਤੇ ਇਹ ਸੇਵਾ ਕਰਦੇ ਹਨ, ਔਰ ਸੇਵਾ ਕਰਦਿਆਂ ਕਰਦਿਆਂ ਐਸਾ ਨਾਮ ਦਾ ਰੰਗ ਚੜਿਆ ਹੈ, ਆਪਣਾ ਜੀਵਨ ਜਿਹੜਾ ਉਹ ਫਿਰ ਆਪਣੇ ਚਰਨਾਂ ਦੇ ਨਾਲ ਲਾਇਆ। ਸਤਿਗੁਰੂ ਗਿਆਨ ਜਿਹਨਾਂ ਤੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਗੁਰੂ ਪਿਆਰਿਓ ਬਾਬਾ ਫਰੀਦ ਜੀ ਦੀ ਮਾਤਾ ਧੰਨਤਾ ਦੇ ਯੋਗ ਹੈ ਜਿਹਨਾਂ ਨੇ ਆਪਣੇ ਬੱਚੇ ਨੂੰ ਰੱਬ ਦੇ ਨਾਲ ਜੋੜਿਆ। ਪੁੱਛਣ ਲੱਗੇ ਮਾਂ ਇਹ ਬੰਦਗੀ ਕਰਨਾ, ਸਿਮਰਤ ਕਰਨਾ, ਇਹਦੇ ਨਾਲ ਕੁਝ ਮਿਲਦਾ ਵੀ ਹੈ? ਕਿਉਂਕਿ ਅਵਸਥਾ ਜਿਹੜੀ ਉਹ ਬਾਲਕ ਹੈ, ਕਹਿੰਦੇ ਹਾਂ ਉਹ ਸਾਨੂੰ ਮਿੱਠਾ ਦਿੰਦਾ ਹੈ, ਸ਼ੱਕਰ ਦਿੰਦਾ ਹੈ। ਉਹ ਪਰਮੇਸ਼ਵਰ ਅੱਲਾ ਜਿਹਦੀ ਬੰਦਗੀ ਕਰਦੇ ਨੇ, ਸਿਮਰਤ ਕਰਦੇ ਹਾਂ, ਸਾਨੂੰ ਖਾਣ ਵਾਸਤੇ ਸ਼ੱਕਰ ਦਿੰਦੇ ਨੇ, ਅਤੇ ਦੁਨੀਆਂ ਦੇ ਵਿੱਚ ਰੱਬ ਸ਼ੱਕਰ ਦੇ ਨਾਮ ਦੇ ਨਾਲ ਐਸਾ ਮਸ਼ਹੂਰ ਹੋਏ, ਐਸੀ ਬੰਦਗੀ ਕੀਤੀ ਪੂਰੀ ਦੁਨੀਆਂ ਦੇ ਵਿੱਚ ਉਹਨਾਂ ਦਾ ਰੁਤਬਾ ਕਹਿ ਮੈਂ ਆਪਕੋ ਜੋ ਬੋਲੇ ਸੋਨਣ ਪੈ। ਭਗਤਾਂ ਭਗਵਾਨ ਵਾਲਮੀਕ ਮਹਾਰਾਜ ਕੀ ਹੈ, ਬਾਬਾ ਫਰੀਦ ਜੀ ਮਹਾਰਾਜ ਦੇ ਲਈ 12 ਤੇ 12 ਸਾਲ 24 ਸਾਲ ਜੰਗਲ ਦੇ ਵਿੱਚ ਗਏ, ਲੱਕੜ ਦੀ ਰੋਟੀ ਬਣਾ ਕੇ ਵੀ ਬੰਦਗੀ ਕੀਤੀ ਹੈ। ਰੋਟੀ ਮੇਰੀ ਕਾਂਡ ਕੀ ਲਾਵਣ ਮੇਰੀ ਭੁੱਖ, ਜਿਹਨਾਂ ਨੇ ਖਾਧੀ ਚੋਪੜੀ ਘੜੇ ਸਹਿਣ ਦਿਵਾਏ। ਉਹਨਾਂ ਨੇ ਲੱਕੜ ਦੀ ਰੋਟੀ ਆਪਣੇ ਪੇਟ ਦੀ ਜਿਹੜੀ ਊਰਜਾ ਭਰਨ ਵਾਸਤੇ ਉਹਨੂੰ ਇਸਤੇਮਾਲ ਕੀਤਾ ਹੈ, ਪਰ ਨੈਣਾਂ ਦੇ ਵਿੱਚ ਕੈਸਾ ਕੁੰਡ ਹੈ ਨੀਵ ਦੇ ਮੁਖੜੇ ਦਾ, ਕੈਸਾ
ਪ੍ਰਧਾਨ ਜੀ ਤਾਂ ਦੇਖਿਓ ਇੱਕ ਪ੍ਰਧਾਨ ਜੀ ਸਾਹਮਣੇ ਦੇਖਿਓ ਤੁਸੀਂ ਠੀਕ ਹੈ ਜਿਨ੍ਹਾਂ ਨੇ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਨਾ ਇਹਨਾਂ ਨੇ ਬੀੜਾ ਪਹਿਲੇ ਨੰਬਰ 'ਤੇ ਆਏ ਉਹਨਾਂ ਨੂੰ ਵੀ ਮਾਨ ਸਨਮਾਨ ਹੋਣਾ ਪਹਿਲੇ ਨੰਬਰ 'ਤੇ ਆਏ ਉਹਨਾਂ ਨੂੰ ਵੀ ਮਾਨ ਸਨਮਾਨ ਹੋਣਾ Thank you.
ਅੱਗੇ ਆਇਓ ਤੁਸੀਂ ਲੈਣ ਆਪਣਾ ਜੋਤੀ ਹੋਰ ਸੱਚੇ ਦਰਬਾਰ ਕੀ ਹੈ ਜੋਤ ਮਲਸੀਆ ਤੋਂ ਹਾਂਜੀ ਸਾਹਮਣੇ ਦੇਖਿਆ ਡਰਾਇੰਗ ਸਾਹਮਣੇ ਅਰਮਾਨ ਲੈ ਕੇ ਆਇਆ ਹਾਂਜੀ ਹਾਂਜੀ ਆ ਜਾਓ ਅਰਮਾਨ ਲੈ ਕੇ ਆਇਆ ਹੂੰ ਤੇਰੇ ਦੁਆ ਬਾਣੀ ਜਿਹੜੀ ਹੈ ਨਾ ਉਹ ਸਾਨੂੰ ਸੱਚ ਦੇ ਰਸਤੇ 'ਤੇ ਚਲਾਉਂਦੀ ਹੈ ਅਤੇ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਨੇ ਇੱਕ ਬੜਾ ਪਿਆਰਾ ਸ਼ਲੋਕ ਦਰਜ ਕੀਤਾ ਹੈ ਵੈਰਾਗਿਆ ਪ੍ਰਕਰਨ ਦੇ ਵਿੱਚ ਮਹਾਰਾਜ ਕਹਿੰਦੇ ਨੇ ਲਿਖਦੇ ਨੇ ਪਾਵਨ ਬਾਣੀ ਪਾਵਨ ਸ਼੍ਰੀ ਯੋਗ ਵਸਿਸ਼ਠ ਦੇ ਵਿੱਚ ਸਮ ਸੰਤੋਖ ਵਿਚਾਰ ਔਰ ਸਾਧ ਸੰਗ ਆਪਣਾ ਦੇਸ਼ ਮਿਹੋ ਜੇ ਹੋਏ ਅਗਿਆਨ ਕੁਕਰਨ ਪ੍ਰਵੇਸ਼ ਨਾ ਦੇਵਨ ਧਿਆਨ ਲਗਨ ਮੇ ਰਹਿਤਾ ਸੋਈ ਹਾਂਜੀ ਇੱਥੇ ਦੇਖਿਓ ਠੀਕ ਹੈ ਲੋੜਵੰਦ ਬੱਚੇ ਜਦੋਂ ਵੀ ਮਰਜ਼ੀ ਪੂਰੇ ਸਾਲ ਦੇ ਵਿੱਚ ਜਦੋਂ ਵੀ ਮਰਜ਼ੀ ਉਹ ਕਾਪੀਆਂ ਦੀ ਲੋੜ ਹੋਵੇ ਜਾਂ ਹੋਰ ਕਿਸੇ ਸਹਾਇਤਾ ਦੀ ਲੋੜ ਹੋਵੇ ਉਹ ਦੱਸ ਸਕਦੇ ਨੇ ਪ੍ਰਭਜੋਤ ਕੌਰ ਜੀ ਦਾ ਤੋਂ ਕੀਲਾ ਪਿੰਡ ਤੋਂ ਨੌਵੀਂ ਕਲਾਸ ਉਹ ਬੈਡਰੂਮ ਉਹ ਤੁਹਾਨੂੰ
ਚਲੋ ਹਾਲੇ ਨਹੀਂ ਮੈਂ ਪਹਿਲ ਲਈਆਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਪਿੰਡ ਬੁਲੰਦਾ ਵਿੱਚ ਜੋ ਪੀਰਾਂ ਦਾ ਮੇਲਾ, ਮੈਂ ਸਭ ਤੋਂ ਪਹਿਲਾਂ ਆਈ ਹੋਈ ਸਾਧ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ। ਗੱਦੀ ਨਸ਼ੀਨ ਬਾਬਾ ਪੇਰੂ ਜੀ ਤੇ ਹੋਰ ਸੰਗਤਾਂ ਮਹਾਂਪੁਰਸ਼ਾਂ ਨੂੰ ਜੋ ਇਸ ਵੇਲੇ ਗੱਦੀ ਤੇ ਵਿਰਾਜਮਾਨ ਨੇ, ਉਹਨਾਂ ਨੂੰ ਸੀਸ ਨਿਵਾ ਕੇ ਕੋਟ ਕੋਟ ਮਾਨ ਪ੍ਰਣਾਮ ਕਰਦਾ। ਅੱਜ ਸਮੇਂ ਦੀ ਲੋੜ ਚਾਦਰ ਹੈ।
ਡੇਰਾ ਪੰਜ ਪੀਰ ਦਰਬਾਰ 'ਤੇ ਮੇਲੇ ਨੂੰ ਮੁੱਖ ਰੱਖਦਿਆਂ, ਇੱਥੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ, ਜੋ ਕਿ ਸਮੂਹ ਕਮੇਟੀ ਅਤੇ ਜਲੰਧਰ ਤੋਂ ਸਾਡੇ ਭਰਾ ਆਏ ਆ, ਉਹਨਾਂ ਨੇ ਅੱਜ ਬੱਚਿਆਂ ਨੂੰ ਕਾਪੀਆਂ ਅਤੇ ਹੋਰ ਇਹਨਾਂ ਕੋਲ ਅੱਜ ਦੀ ਜਾਣਕਾਰੀ ਲਵਾਂ ਜੀ। ਹਾਂਜੀ, ਜੈ ਵਾਲਮੀਕੀ, ਜੈ ਰਵਿਦਾਸ, ਜੈ ਕਬੀਰ, ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਮੋਮਨ, ਚੇਅਰਮੈਨ ਜੈ ਵਾਲਮੀਕ ਮਜ਼੍ਹਬੀ ਸਿੱਖ ਸੰਸਥਾ ਰਜਿਸਟਰਡ ਪੰਜਾਬ। ਅਸੀਂ ਪੂਰਾ ਤਹੀਆ ਕੀਤਾ ਹੈ ਕਿ ਆਪਣੀ ਸੰਸਥਾ ਵੱਲੋਂ ਜਿੰਨੇ ਵੀ ਪਿੰਡ ਨੇ ਆਪਣੇ, ਉਹਨਾਂ ਨੂੰ ਹਰੇਕ ਬੱਚਿਆਂ ਨੂੰ, ਜਿਹੜਾ ਬੱਚਾ ਸਾਡੇ ਫਸਟ ਸੈਕਿੰਡ ਥਰਡ ਆਇਆ, ਉਹਨਾਂ ਦਾ ਮਾਣ ਸਨਮਾਨ ਕਰਨ ਵਾਸਤੇ ਅਸੀਂ ਪਿੰਡ ਪਿੰਡ ਜਾ ਕੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਸ਼ੀਲਡਾਂ, ਟਰੋਫੀਆਂ ਦੇ ਕੇ ਉਹਨਾਂ ਦਾ ਜਿਹੜਾ ਕਿ ਹੌਸਲਾ ਵਧਾ ਰਹੇ ਹਾਂ, ਕਿਉਂਕਿ ਸਾਡੇ ਸਮਾਜ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਘਾਟ ਆ। ਇਸ ਕਰਕੇ ਸਾਡੇ ਇਸ ਉਪਰਾਲੇ ਦੇ ਨਾਲ ਕੋਈ ਬਹੁਤ, ਜਿੱਦਾਂ ਕਹਿ ਲਓ ਕਿ ਘਾਟਾ ਜਿਹੜਾ ਪੂਰਾ ਨਹੀਂ ਹੋ ਜਾਣਾ, ਪਰ ਜਿੱਦਾਂ ਕਹਿ ਲਓ ਕਿ ਆਟੇ ਦੇ ਵਿੱਚ ਇੱਕ ਲੂਣ ਦੇ ਬਰਾਬਰ ਆ ਕਿ ਕੁਛ ਨਾ ਕੁਛ ਕਰਨ ਦੇ ਨਾਲ ਕੁਛ ਨਾ ਕੁਛ ਹੁੰਦਾ ਹੈ। ਇਸ ਕਰਕੇ ਸਾਡੀ ਸੰਸਥਾ ਨੇ ਇਹ ਉਪਰਾਲਾ ਕੀਤਾ ਆ। ਅਸੀਂ 2008 ਤੋਂ ਲਗਾਤਾਰ ਇਹੋ ਜਿਹੇ ਉਪਰਾਲੇ ਕਰ ਰਹੇ ਹਾਂ, ਜਿਹੜੇ ਕਿ ਆਪਣੀਆਂ ਜਿੱਥੇ ਕਿਤੇ ਵੀ ਆਪਣੇ ਸਮਾਜ ਨੂੰ ਲੋੜ ਪਵੇ ਅਸੀਂ ਸੰਘਰਸ਼ੀਲ ਹਾਂ। ਭਾਈ ਦੇਖਿਆ ਸਾਹਮਣੇ। ਬੁਲੰਦਾ ਵਿਖੇ ਡੇਰਾ ਪੰਜ ਪੀਰ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਸਾਈਂ ਵਿਕਰਮ ਸ਼ਾਹ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਾਡੇ ਨਾਲ ਬਲਵੀਰ ਸਿੰਘ ਜੀ ਮੁੱਦਾਂ, ਜੋ ਕਿ ਇਹਨਾਂ ਨੇ ਅੱਜ ਕੀਰਤਨ ਵੀ ਕੀਤਾ ਅਤੇ ਮੇਲੇ ਵਿੱਚ ਅਹਿਮ ਰੋਲ ਨਿਭਾਇਆ। ਸੋ ਅੱਜ ਦੇ ਮੇਲੇ ਬਾਰੇ ਇਹਨਾਂ ਕੋਲ ਜਾਣਾਂਗੇ। ਹਾਂਜੀ, ਜਾਣਕਾਰੀ ਦੱਸ ਦਾ ਨਾਮ ਭਾਈ ਬਲਵੀਰ ਸਿੰਘ ਜੀ ਹੈ ਮੁੱਦਾਂ ਤੋਂ। ਸੋ ਬੜੀ ਅੱਜ ਖੁਸ਼ੀ ਵਾਲੀ ਗੱਲ ਆ ਕਿ ਡੇਰਾ ਪੰਜ ਪੀਰ ਪਿੰਡ ਬੁਲੰਦਾ ਮਹਿਤਪੁਰ ਦੇ ਨੇੜੇ ਆ, ਜਿੱਥੇ ਸੰਤਾਂ ਮਹਾਂਪੁਰਖਾਂ ਦਾ ਜਿਹੜਾ ਮੇਲਾ ਮਨਾਇਆ ਗਿਆ, ਸੰਗਤਾਂ ਵੱਲੋਂ ਲਾਗੇ ਲਾਗੇ ਦੇ ਪਿੰਡਾਂ ਤੋਂ ਨਹੀਂ ਇਲਾਕੇ ਭਰ ਤੋਂ ਸੰਗਤਾਂ ਆਈਆਂ, ਦਾਤ ਆ ਉਹ ਪ੍ਰਾਪਤ ਕੀਤੀ ਆ। ਸੋ ਉਹਦੇ ਨਾਲ ਨਾਲ ਜੈ ਵਾਲਮੀਕੀ ਮਜ਼੍ਹਬੀ ਸਿੱਖ ਸੰਸਥਾ, ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਜਿਹੜੇ ਬੱਚੇ ਪੰਜਵੀਂ ਜਾਂ ਛੇਵੀਂ, ਸੱਤਵੀਂ, ਅੱਠਵੀਂ, ਦਸਵੀਂ, ਬਾਰ੍ਹਵੀਂ ਇਹਨਾਂ ਕਲਾਸਾਂ ਦੇ ਜਿਹੜੇ ਫਸਟ ਸੈਕਿੰਡ ਜਾਂ ਥਰਡ ਆਏ ਆ, ਉਹਨਾਂ ਬੱਚਿਆਂ ਨੂੰ ਕਾਪੀਆਂ ਜਿਹੜੀਆਂ ਵੰਡੀਆਂ, ਪੈੱਨ ਵੰਡਿਆ, ਪ੍ਰਾਈਜ਼ ਸਰੋਪੇ ਵੰਡਿਆ। ਬੜੀ ਖੁਸ਼ੀ ਹੋਈ ਕਿ ਸਾਡੇ ਸਮਾਜ ਦੇ ਵਿੱਚ ਇਹ ਜਿਹੜੀ ਆ ਪਰੰਪਰਾ ਸ਼ੁਰੂ ਹੋਈ ਆ ਕਿ ਬੱਚਿਆਂ ਨੂੰ ਜਿਹੜਾ ਕਾਪੀਆਂ ਵੰਡਣੀਆਂ ਜ਼ਰੂਰੀ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਵੀ ਇਹ ਗੱਲ ਕਹਿ ਕੇ ਗਏ ਨੇ, ਪੜ੍ਹੋ, ਜੁੜੋ, ਸੰਘਰਸ਼ ਕਰੋ, ਔਰ ਉਸ ਵਿੱਦਿਆ ਦੇ
ਮਨਾਰੇ ਨੂੰ ਉੱਪਰ ਚੱਕਣ ਦੇ ਲਈ ਇਹ ਸੰਸਥਾ ਨੇ ਕੰਮ ਕੀਤਾ, ਮੈਨੂੰ ਬਹੁਤ ਚੰਗਾ ਲੱਗਾ। ਔਰ ਇੱਥੇ ਮੈਂ ਕੁਛ ਸਮਾਂ ਕੀਰਤਨ ਵੀ ਕੀਤਾ ਹੈ, ਉੱਥੇ ਸਾਡੇ ਤੋਂ ਬਾਅਦ ਕਵਾਲੀ ਵਾਲੇ ਵੀ ਲੱਗੇ ਆ, ਅਤੁੱਟ ਲੰਗਰ ਵੀ ਜਿਹੜਾ ਚੱਲ ਰਿਹਾ ਸੰਤਾਂ ਮਹਾਂਪੁਰਖਾਂ ਦੀ ਕਿਰਪਾ, ਸੰਤ ਬਾਬਾ ਬੂਟਾ ਦਾਸ ਜੀ, ਸੰਤ ਬਾਬਾ ਕਾਲਾ ਦਾਸ ਜੀ, ਔਰ ਇਸ ਵੇਲੇ ਗੱਦੀ 'ਤੇ ਜਿਹੜੇ ਗੱਦੀ ਨਸ਼ੀਨ ਆ ਬਾਬਾ ਪੀਰੂ ਸ਼ਾਹ ਜੀ, ਜਿਹਨਾਂ ਨੂੰ ਬਿਕਰਮਜੀਤ ਵੀ ਕਹਿੰਦੇ ਆ, ਉਹ ਆਈਆਂ ਹੋਈਆਂ ਸੰਗਤਾਂ ਦੇ ਵਿੱਚ ਵਿਚਰ ਰਹੇ ਆ, ਉਹਨਾਂ ਨੂੰ ਆਸ਼ੀਰਵਾਦ ਦੇ ਰਹੇ ਆ। ਸੋ ਬੜੀ ਖੁਸ਼ੀ ਵਾਲੀ ਗੱਲ ਆ, ਬੜੇ ਲੋਕ ਦੂਰਾਂ ਦੂਰਾਂ ਤੋਂ ਇੱਥੇ ਚੱਲ ਕੇ ਡੇਰੇ 'ਤੇ ਆਉਂਦੇ ਆ, ਔਰ ਆਣ ਕੇ ਆਪਣੇ ਮੂੰਹੋਂ ਮੰਗੀਆਂ ਮੁਰਾਦਾਂ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਆ। ਸੋ ਮੈਂ ਇਹਦੇ ਨਾਲ ਹੀ ਸਾਰੀਆਂ ਸੰਗਤਾਂ ਦਾ, ਇਲਾਕੇ ਭਰ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ, ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵਿਦਾਸ। ਸੋ ਇਹ ਸਨ ਭਾਈ ਬਲਵੀਰ ਸਿੰਘ ਜੀ ਮੁੱਦਾਂ ਵਾਲੇ, ਭਾਰਤ ਹੈਡਲਾਈਨ ਤੋਂ ਸੁਰਿੰਦਰ ਛਾਬੜਾ, ਜਗਬਾਣੀ ਨਿਊਜ਼ ਪੰਜਾਬ।